ਇਹ ਤਸਵੀਰਾਂ ਤੁਹਾਡੇ ਸਾਹਮਣੇ ਬਾਥਰੂਮ ਚ ਪਈ ਲਾਸ਼ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਏ ਦੇ ਸਿਵਲ ਹਸਪਤਾਲ ਦੀ ਹੈ, ਜਿੱਥੇ ਕਿ ਨਸ਼ੇ ਦੀ ਓਵਰਡੋਜ਼ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਨਸ਼ੇ ਦਾ ਆਦੀ ਸੀ ਤੇ ਆਪਣੇ ਘਰਦਿਆਂ ਦਾ ਇਕਲੌਤਾ ਮੁੰਡਾ ਸੀ, ਜਿਸ ਨੂੰ ਨਸ਼ਾ ਛੁਡਾਓ ਕੇਂਦਰ ਚ ਵੀ ਭਰਤੀ ਕਰਵਾਇਆ ਗਿਆ ਸੀ, ਪਰ ਫਿਲਹਾਲ ਉਸਦੀ ਲਾਸ਼ ਹਸਪਤਾਲ ਦੇ ਬਾਥਰੂਮ ਚੋਂ ਬਰਾਮਦ ਕੀਤੀ ਗਈ ਹੈ। ਕੱਲ੍ਹ ਇੱਕ ਰੁਕਾ ਵੱਲੋਂ ਡਾਕਟਰ ਸਾਹਿਬ ਸਿਵਲ ਹੋਸਪਿਟਲ ਤੋਂ ਗੁਰੂਰ ਸਾਹਿਬ ਤੋਂ ਸਾਨੂੰ 6 ਵਜੇ ਮਸੂਲ ਹੋਇਆ ਕਿ ਇੱਕ ਲੜਕਾ ਜੋ ਸ਼ਨਾਖਤ ਹੋਈ ਹੈ ਪਰਮਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੀਰੇਵਾਲਾ ਦੇ ਨਾਮ 'ਤੇ ਜੋ ਸਾਦਕ ਏਰੀਏ ਦਾ ਰਹਿਣ ਵਾਲਾ ਹੈ, ਉਮਰ ਕਰੀਬ ਉਹਦੀ 27 ਸਾਲ, ਜੋ ਬਾਥਰੂਮ ਦੇ ਵਿੱਚ ਕੋਈ ਗਲਤ ਇੰਜੈਕਸ਼ਨ ਵਗੈਰਾ ਲੱਗਣ ਕਰਕੇ ਡਿੱਗਿਆ ਹੋਇਆ ਹੈ ਅਤੇ ਜਿਸਦੀ ਉੱਥੇ ਮੌਤ ਹੋਈ ਪਈ ਹੈ। ਉਸ ਤੋਂ ਬਾਅਦ ਉਪਰੰਤ ਮੈਂ ਅਤੇ ASC ਗੁਰਚਰਨ ਸਿੰਘ ਮੌਕਾ ਪਰ ਗਏ, ਮਾਨਯੋਗ DSP ਸਾਹਿਬ ਵੀ ਮੌਕਾ ਪਰ ਗਏ। ਅਸੀਂ ਜਾ ਕੇ ਉਹਦੀ ਜਿਹੜੀ ਡੂੰਘਾਈ ਨਾਲ ਪੜਤਾਲ ਕੀਤੀ, ਉਹਦੇ ਵਾਰਸਾਂ ਨੂੰ ਜਾਣੂ ਕਰਾਇਆ, ਜਾਣੂ ਕਰਵਾਉਣ ਉਪਰੰਤ ਉਹਦੀ ECG ਵਗੈਰਾ ਚੈੱਕ ਕਰਾਈ, ਜੋ ਕਿ ਮੌਤ ਉਹਦੀ ਹੋ ਚੁੱਕੀ ਸੀ ਅਤੇ ਉਸਦੀ ਇਹ ਜਿਹੜੀ ਮੌਤ ਹੈਗੀ ਹੈ ਕੋਈ ਗਲਤ ਇੰਜੈਕਸ਼ਨ ਲੱਗਣ ਕਰਕੇ ਹੋਈ ਹੈ, ਕਿਉਂਕਿ ਇਹ ਨਸ਼ੇ ਕਰਨ ਦਾ ਥੋੜ੍ਹਾ ਆਦੀ ਸੀਗਾ। ਪਹਿਲਾਂ ਵੀ ਪਤਾ ਲੱਗਾ ਹੈ ਕਿ 1-2 ਵਾਰ ਸੈਂਟਰ ਦੇ ਵਿੱਚ ਇਹਨੂੰ ਦਾਖਲ ਵੀ ਕਰਵਾਇਆ ਗਿਆ ਸੀਗਾ, ਜੋ ਕਿ ਅਨਮੈਰਿਡ ਸੀਗਾ ਅਤੇ ਇਸਦੀ ਇੱਕ ਛੋਟੀ ਸਿਸਟਰ ਹੈਗੀ ਹੈ, ਇੱਕ ਇਹ ਦੋ ਹੀ ਭੈਣ ਭਰਾ ਸਨ ਅਤੇ ਇਸਦੇ ਫਾਦਰ ਸਾਹਿਬ ਨਛੱਤਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ, ਅੱਜ ਪੋਸਟਮਾਰਟਮ ਹੋ ਰਿਹਾ ਹੈ ਸਿਵਲ ਹੋਸਪਿਟਲ ਫਿਰੋਜ਼ਪੁਰ ਦੇ ਅੰਦਰ। ਜੇ ਕੋਈ ਹੋਰ ਤਫਤੀਸ਼ ਅੱਗੇ ਆਊਗੀ ਤਾਂ ਫਿਰ ਉਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ। ਇਹ ਮੁੰਡਾ ਕੀ ਕੰਮ ਕਰਦਾ ਸੀ? ਇਹ ਮੁੰਡਾ ਖੇਤੀਬਾੜੀ ਬਲਾਕ ਅਫਸਰ ਦੇ ਵਿੱਚ ਪ੍ਰਾਈਵੇਟ ਤੌਰ 'ਤੇ ਜਿਹੜੇ ਠੇਕੇ 'ਤੇ ਰੱਖੇ ਹੁੰਦੇ ATM ਦੀ ਪੋਸਟ ਦੇ ਉੱਪਰ ਤਾਇਨਾਤ ਸੀਗਾ, ਪਰ ਉੱਥੋਂ ਇਹ 2-3 ਦਿਨ ਤੋਂ ਗੈਰ ਹਾਜ਼ਰ ਸੀਗਾ ਅਤੇ ਉਹ ਹੁਣ ਪਤਾ ਚੱਲਿਆ ਕਿ ਉੱਥੋਂ 29 ਤਰੀਕ ਤੱਕ ਛੁੱਟੀ 'ਤੇ ਸੀਗਾ। ਇਹ ਪਰਿਵਾਰ ਦਾ ਇੱਕੋ ਇੱਕ ਮੁੰਡਾ ਸੀ? ਇਹ ਪਰਿਵਾਰ ਦਾ ਇਕਲੌਤਾ ਹੀ ਬੇਟਾ ਸੀਗਾ ਅਤੇ ਇਸਦੀ ਇੱਕ ਭੈਣ ਨਵਜੋਤ ਕੌਰ ਹੈ। ਇਹਨਾਂ ਦੇ ਕੋਈ ਪੈਲੀ ਪੁਲੀ ਵੀ ਹੈਗੀ? ਕੋਈ ਇਹਦੇ ਕੋਲ 18-19 ਕਿੱਲੇ ਕਰੀਬ ਏਕੜ ਪੈਲੀ ਹੈਗੀ ਹੈ। ਇਹ ਇਕੱਲਾ ਹੀ ਮੁੰਡਾ ਸੀਗਾ ਅਤੇ ਜਦੋਂ ਇਹਦੇ ਕਬਜ਼ੇ ਵਿੱਚੋਂ ਮੋਬਾਈਲ ਮਿਲਿਆ ਸਾਨੂੰ, ਉਸਦੇ ਮੋਬਾਈਲ ਦੇ ਉੱਪਰ ਇਹਦੀ ਮਾਤਾ ਦਾ ਫੋਨ ਆਇਆ ਸੀ, ਉਹਨਾਂ ਨੂੰ ਉਸਦੇ ਫੋਨ 'ਤੇ ਇਨਫੋਰਮ ਕਰਤਾ ਸੀ। ਉਸੇ ਦੌਰਾਨ ਹੀ ਇਹ ਸਾਰੇ ਸਿਵਲ ਹੋਸਪਿਟਲ ਦੇ ਵਿੱਚ ਆ ਗਏ ਅਤੇ ਅਸੀਂ ਵੀ ਡੂੰਘਾਈ ਨਾਲ ਪੇਸ਼ ਕੀਤੀ ਅਤੇ ਉਸ ਤੋਂ ਬਾਅਦ ਜਿਹੜੀ ਸਾਰੀ ਕਾਰਵਾਈ ਅਮਲ ਦੇ ਵਿੱਚ ਲਿਆ। ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਨਸ਼ਾ ਮੁਕਤ ਸਰਕਾਰ ਬਣਾਉਣ ਦਾ ਦਾਅਵਾ ਕਰ ਸੱਤਾ ਵਿੱਚ ਆਈ ਸੀ, ਪਰ 2 ਸਾਲ ਗੁਜ਼ਰ ਜਾਣ ਦੇ ਬਾਅਦ ਵੀ ਨਸ਼ੇ ਦੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਦਾ ਖਾਮਿਆਜ਼ਾ ਕੈਪਟਨ ਸਰਕਾਰ ਨੂੰ ਲੋਕ ਸਭਾ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ। ਫਿਰੋਜ਼ਪੁਰ ਤੋਂ ਬੌਬੀ ਖਾਨਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ E-Services ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।